जी। ठीक तो हो ना, मैनू माफ कर दियो, मैनू आउट च बहुत टाइम लग गया, मेरे करके की कुछ चलना पिया तुम्हें। इंस्पेक्टर साहब आओ। बड़े साहब का फोन। हेलो जी सर जी, जोरा भाजी तो अजूनी मैडम सानू मिल गए ने, तो जोरा भाजी तो जशपाल जी का कतल हो गया। जो असी इतने मौके पर पहुंचे तो जोरा भाजी ने जशपाल का कतल कर दिता सी। चंगा ही होया कि वो यशपाल वाली कहानी खत्म हो गई। कौन मर गया? मैं मरण लगी हूं। वो सही रास्ते जा रहे ने, यशपाल दे अड्डे ते रात ही है। जे उन्हां दे हाथ लग गया ना, अरे कहानी खत्म हो जानी है, समझ जा तू। जोरावर ते जशन यशपाल दे ठिकाने ते पुज गए ने। जे यशपाल फड़िया गया तो उत्थे कोई ना कोई होना चाहिए जेड़ा मेरा ना आने तो पहला ही मामला संभाल लवे।
एसआई साहब थोड़ी भैन का ब्याह आने वाला है, उसका सारा इंतजाम हो गया, तुसी बस मेरा एक काम कर। दोरे वीरे नू गिरफ्तार कर लो। दोरे वीरे नू गिरफ्तार करके तकड़ा केस बनाओ। जी सर जी, जोरा पाजी नू हुणे गिरफ्तार कर दें। ठीक है सर। जोरा पाजी, जशपाल दे कतल विच तुहानू गिरफ्तार होना पड़ा। ਭਾਜੀ ਆਹ ਕੀ ਕਰਤਾ? ਕਾਨੂੰਨ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਲਿਆ? ਇਹ ਤੁਸੀਂ ਕੀ ਕਹਿ ਰਹੇ ਹੋ ਇੰਸਪੈਕਟਰ ਸਾਹਿਬ? ਜੋ ਤੁਸੀਂ ਸੋਚ ਰਹੇ ਹੋ ਨਾ, ਉਦਾਂ ਦਾ ਕੁਛ ਨਹੀਂ। ਸਰਾਵਰ ਜੀ ਨੇ ਕੁਛ ਨਹੀਂ ਕੀਤਾ। ਇਹ ਜੋ ਕੁਛ ਵੀ ਹੋਇਆ ਨਾ, ਅਣਜਾਣੇ 'ਚ ਹੋਇਆ ਤੇ ਅਚਾਨਕ ਹੋਇਆ। ਸਰਾਵਰ ਜੀ ਦੀ ਕੋਈ ਗਲਤੀ ਨਹੀਂ ਹੈ। ਹਾਂਜੀ ਮੈਡਮ, ਜਦੋਂ ਅਸੀਂ ਇੱਥੇ ਆਏ ਹਾਂ ਤੇ ਬੰਦਾ ਮਰ ਰਿਹਾ ਸੀ ਤੇ ਕਤਲ ਵਾਲਾ ਹਥਿਆਰ ਜ਼ੋਰਾ ਭਾਜੀ ਦੇ ਹੱਥ ਵਿੱਚ ਸੀ। ਇੰਸਪੈਕਟਰ ਸਾਹਿਬ, ਇਹਦਾ ਇਹ ਮਤਲਬ ਥੋੜੀ ਹੈ ਕਿ ਇਹ ਜੇ ਬੰਦੇ ਦੇ ਕਤਲ ਦੇ ਕੇਸ ਤੁਸੀਂ ਜ਼ੋਰਾ ਪਾਜੀ ਨੂੰ ਅੰਦਰ ਕਰ ਦੋਗੇ? ਹਾਂਜੀ ਸਾਹਿਬ ਜੀ, ਇਦਾਂ ਦੇ ਭੈੜੇ ਬੰਦੇ ਦਾ ਮਰਨਾ ਹੀ ਠੀਕ ਸੀ। ਜੇ ਤੁਸੀਂ ਹੁੰਦੇ ਤੁਸੀਂ ਮੈਨੂੰ ਗੋਲੀ ਮਾਰ ਦਿੰਦੇ। ਚੋਰੀ ਨੇ ਕੁਛ ਨਹੀਂ ਕੀਤਾ ਸਾਹਿਬ। ਨਰਿੰਦਰ ਸਿੰਘ, ਇਸ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲਓ। ਇੰਸਪੈਕਟਰ ਸਾਹਿਬ, ਮੈਂ ਕਹਿ ਰਹੀ ਹਾਂ ਨਾ, ਇਹ ਕੋਈ ਕਤਲ ਨਹੀਂ ਆ, ਇਹ ਸਿਰਫ ਇੱਕ ਹਾਦਸਾ ਹੈ। ਤੁਸੀਂ ਮੇਰੀ ਗੱਲ ਦਾ ਯਕੀਨ ਕਿਉਂ ਨਹੀਂ ਕਰ ਰਹੇ? ਮੈਂ ਤੁਹਾਨੂੰ ਦੱਸਦੀ ਹਾਂ, ਜਦੋਂ ਮੈਂ ਤੇ ਸਰਾਵਰ ਜੀ ਇੱਥੇ ਖੜੇ ਸੀ ਨਾ, ਤਾਂ ਯਸ਼ਪਾਲ ਇੱਧਰੋਂ ਆ ਰਿਹਾ ਸੀ, ਸਾਡੇ ਵੱਲ ਵੱਧ ਰਿਹਾ ਸੀ, ਉਹ ਵੀ ਰੋਡ ਲੈ ਕੇ ਤੇ ਅਚਾਨਕ ਉਹਦੇ ਰੋਡ ਦੇ ਉੱਪਰ ਹੀ ਆਪਣੇ ਆਪ ਹੀ ਗਿਰਿਆ। ਜਦੋਂ ਅਸੀਂ ਪਿੱਛੇ ਮੁੜ ਕੇ ਵੇਖਿਆ ਤਾਂ ਇਹ ਨੀਚੇ ਗਿਰਿਆ ਹੋਇਆ ਸੀ। ਸਰਾਵਰ ਜੀ ਤਾਂ ਇਹਨੂੰ ਬਚਾਉਣ ਗਏ ਸੀ। ਇਹਦੇ 'ਚ ਸਰਾਵਰ ਜੀ ਦੀ ਕੋਈ ਗਲਤੀ ਨਹੀਂ ਆ। ਤੁਸੀਂ ਮੇਰੀ ਗੱਲ ਦਾ ਯਕੀਨ ਕਰੋ ਇੰਸਪੈਕਟਰ ਸਾਹਿਬ। ਜੁਨੀ ਮੈਡਮ, ਹੁਣ ਸਫਾਈਆਂ ਦੇਣ ਦਾ ਕੋਈ ਫਾਇਦਾ ਨਹੀਂ। ਹੁਣ ਤਾਂ ਸਾਨੂੰ ਜੋਰਾ ਭਾਜੀ ਨੂੰ ਅਰੈਸਟ ਕਰਨਾ ਹੀ ਪੈਣਾ, ਇਹ ਸਾਡੀ ਡਿਊਟੀ ਹੈ। ਬਾਕੀ ਜੋ ਵੀ ਫੈਸਲਾ ਕੋਰਟ ਦੇਵੇਗੀ ਤੇ ਤੁਹਾਨੂੰ ਵੀ ਸਾਡੇ ਨਾਲ ਚੱਲਣਾ ਪੈਣਾ। ਤੁਹਾਡੀ ਵੀ ਸਟੇਟਮੈਂਟ ਜ਼ਰੂਰੀ ਹੈ। ਨਰਿੰਦਰ, ਤੂੰ ਫੋਰੈਂਸਿਕ ਟੀਮ ਨੂੰ ਬੁਲਾ ਤੇ ਡੈੱਡ ਬੋਡੀ ਦਾ ਪੋਸਟਮਾਰਟਮ ਲਈ ਲੈ ਕੇ ਜਾਓ। ਜੀ ਸਰ। ਤੇ ਸਾਰਾ ਏਰੀਆ ਸੀਲ ਕਰ ਦਿਓ। ਜਸ਼ਪਾਲ ਚਾਹੇ ਜਿੰਨਾ ਮਰਜ਼ੀ ਵੀ ਮਾੜਾ ਹੋਵੇ, ਪਰ ਕਤਲ ਤਾਂ ਕਤਲ ਹੀ ਹੁੰਦਾ ਹੈ। ਜੋਰਾ ਭਾਜੀ, ਤੁਹਾਨੂੰ ਵੀ ਜਾਣਾ ਪੈਣਾ। ਨਹੀਂ ਇੰਸਪੈਕਟਰ ਸਾਹਿਬ, ਤੁਸੀਂ ਪਾਪਾ ਜੀ ਨੂੰ ਜਾਣਦੇ ਨਹੀਂ। ਇਹ ਸਾਡੀ ਡਿਊਟੀ ਹੈ। ਪਰ ਪੁਲਿਸ ਕਿੱਥੇ ਲੈ ਕੇ ਜਾ ਰਹੀ ਹੈ ਜ਼ੋਰਾ ਭਾਜੀ ਨੂੰ? ਉਹ ਬਦਮਾਸ਼ ਸੀ ਨਾ ਜਿਹੜਾ ਛੋਟੀ ਜਿਹੀ ਰਾਣੀ ਨੂੰ ਚੁੱਕ ਕੇ ਲੈ ਗਿਆ ਸੀ। ਆਹੋ ਲੱਭ ਗਿਆ ਉਹ। ਲੈ ਲੱਭ ਗਿਆ, ਗੱਡੀ ਵੀ ਚਾੜਤਾ ਤੇਰੇ ਫੁੱਫੜ ਨੂੰ ਜ਼ੋਰਾ ਭਾਜੀ ਨੇ। ਚਲੋ ਬੈਠੋ। ਜਸ਼ਨ ਭਾਜੀ, ਤੁਸੀਂ ਪਾਪਾ ਜੀ ਨੂੰ ਫੋਨ ਕਰੋ, ਸਾਨੂੰ ਕੋਈ ਚੰਗਾ ਵਕੀਲ ਕਰਨਾ ਪੈਣਾ। ਪਲੀਜ਼ ਤੁਸੀਂ ਜਲਦੀ ਫੋਨ ਕਰੋ ਪਾਪਾ ਜੀ। ਤੁਸੀਂ ਫਿਕਰ ਨਾ ਕਰੋ ਭਾਬੀ ਜੀ, ਤੁਸੀਂ ਚੱਲੋ, ਮੈਂ ਪਾਪਾ ਜੀ ਨੂੰ ਲੈ ਕੇ ਆਉਣਾ। ਜੁਗਨੂੰ, ਤੂੰ ਇਹਨਾਂ ਦੇ ਪਿੱਛੇ ਪਿੱਛੇ ਪੁਲਿਸ ਸਟੇਸ਼ਨ ਜਾ, ਮੈਂ ਪਾਪਾ ਜੀ ਨੂੰ ਲੈ ਕੇ ਆਇਆ। ਜਾ। Thank you.
हे हरकृष्ण पातशाह जी, जिवें तुसीं सारी दिल्ली ते कष्ट कट दिते सी, मेरे जोरे ते अजूनी दे भी कष्ट कट दिओ। मैं आप आऊंगी बंगला साहब कड़ा प्रसाद कराउण लई। कृपा करो वाहेगुरु, कृपा करो। बाजवा साहब, तुसी एक बार एसएसपी साहब ने गल करके देखो। जी एसएसपी साहब, आप फोन कर लेंगे, तुसी चिंता ना करो, मैं जशन नु फोन करता। लो जशन पुत्र जी ता पिया के। जशन पुत्र जी की गल, इना वक्त लग गया, कितने रह गए तुसी? ते जोरा पुत्र जी नहीं आए, कितने ने हो? जशन जी, तुसी को दास क्यों नहीं रहे? होया की है? जशन पुत्र बोल ना, कितने है जूनी? ठीक तो है ना मेरी थी? होया की है पुत्र? कुछ तो दसना। जशन जी, तुसी एदा बुद्ध बन के क्यों खड़े हो? मेरा दिल बहुत घबरा रहा है, दस दे क्यों नहीं, होया की है? जशन पुत्र जी, सारे तुहानू पूछ रहे ने कि जोरा पुत्र जी ते अजूनी बेटा जी कितने ने, तुसी कुछ बोलते क्यों नहीं? मैं तुहानू की दसा पापा जी? पापा जी तुसी बैठो, पहला बैठो, मैं दसदा। बह गए पुत्र जी, हुण दसो। पापा जी कतल हो गया। कतल? अजूनी तो ठीक है ना? जशन जी, उस बदमाश ने कुछ गलत तो नहीं किया ना जठानी जी दे नाल? नहीं नहीं सवरीन, आंटी जी पापी जी बिल्कुल ठीक ने। दरअसल पापा जी उस सोरा पाजी। सोरा की हो सवरीन, वो ठीक तो है? सोरा पाजी दे तो उस शेषपाल का कत्ल हो गया। कत्ल? ਤਾਂ ਪੁਲਿਸ ਆਪਣੇ ਨਾਲ ਥਾਣੇ ਲੈ ਗਈ ਹੈ। ਵਾਹਿਗੁਰੂ। ਭੂਆ ਜੀ ਹੌਸਲਾ ਰੱਖੋ, ਤੁਸੀਂ ਫਿਕਰ ਨਾ ਕਰੋ, ਮੇਰੇ ਹੁੰਦਿਆਂ ਜ਼ੋਰਾ ਭਾਜੀ ਨੂੰ ਕੁਛ ਵੀ ਨਹੀਂ ਹੋਊਗਾ। ਹੌਸਲਾ ਰੱਖੋ ਚੰਨੀ ਭੂਆ। पापा जी चलो आपां नूं थाने जाना पैना हुणे। आंटी जी तुसी फिकर ना करो, जोरा भाजी नूं कुछ भी नहीं होगा। मैं हैगा ना, असीं हुणे चले आ, जोरा भाजी ते भाभी जी नूं नाल लैके मुड़ांगे। तुसी फिकर ना करो, तुसी हौसला रखो, तुसी रहो ना प्लीज। पापा जी चलो। पापा जी नाले भाभी जी ने एक चंगा वकील करन नूं भी कहा। हेलो एसआई साहब, वीर तो एकदम निशाने तक लग गया।
हुण अगे की करना है ये सुन, ध्यान नाल सुन। मिस्टर जोरावर सिंह जी, जो पुलिस टीम उत्थे पहुंची तुसी लाश कोल सी ते कतल वाला हथियार तुहाडे कोल सी, आखिर उत्थे की होया, साफ सब दसो। ते यशपाल, ओ यशपाल मैनू बेहोश करके चुके ले आया, ते जद मेरी अख खुली तां मैं वेख्या कि मैं एक अजीब जे कमरे दे विच सी जिथे एक बोर्ड ते मेरी फोटो दे नाल नाल होर वी किन्नियां कुड़ियां दी फोटो लगी सी ते सब ते क्रॉस दा मार्क लग्या सी। ते फिर जदों मैं उत्थे पहुंची तां मैनूं पता लग गया सी कि उन्हें हुण उत्थों मैनूं निकल नहीं देना, ते इस करके मैं उहदी हां च हां मिलाउणी शुरू कीती ताकि मैं उहनूं भरमा सकां। तुहानूं तुहानूं यकीन है ना मेरे प्यार ते? हां हो गया ना? ते फिर की होया? ते फिर मैं जदों छत ते गई तां मैं उत्थे जाके वेख्या कि नेड़े तेड़े तां कुछ है ही नहीं, सारा सुन मसान सी, सिर्फ खेत ही खेत सी आसे पासे, होर कुछ नहीं सी। जदों मैं उन्हां खेतां कोल गई तां मैनूं शक होया कि उह अजूनी जी नूं उतरी लै के गया होगा, क्योंकि उहदी बहन भी आखिरी बार उत्थे देखी सी। उत्थे कच्चा रस्ता सी जो खेतां वल नूं जांदा सी। ते फिर मैं मौका देख के उहदीआं अक्खां च लाल मिर्चा पा के बड़ी मुश्किल नाल उत्थों निकल के भज्जी। मैं थोड़ा अगे गया तां मैनूं अजूनी जी दी आवाज़ सुनाई दित्ती, मैनूं जिस पासिओं आवाज़ आई मैं उस पासे अगे वधदा गया। ते जिन्नी देर नूं जोरावर जी मेरे कोल पहुंचे उह तों पहलां ही फिर मेरे कोल पहुंच गया ते मैनूं वापस उह घर ले आया। पर जदों मैं उत्थे पहुंचा तां देखिया तां उत्थे अजूनी जी नहीं सी। फिर की होया? फिर ओह पूरा पागल हो गया सी ते फिर मैनूं समझ नहीं आया कि ओह करना की चाहुंदा है, कि ओह मैनूं किस गल दी सज़ा देनी चाहुंदा है या मेरे तो कोई बदला लेना चाहुंदा है मेरा बलात्कार करके। फिर जदों तुसी उत्थे पहुंचे तां फिर की देखिया? ऐदां दा ओह की कर रहा सी तुहाडी वाइफ नाल कि तुसी अपना आपा ही खो बैठे? ਮੈਨੂੰ ਤੁਹਾਡੀ ਸਟੇਟਮੈਂਟ ਲੈਣੀ ਪੈਣੀ ਆ, ਸਾਰਾ ਕੁਝ ਦੱਸੋ, ਉੱਥੇ ਆਖਿਰ ਕੀ ਹੋਇਆ, ਇਹੋ ਜਿਹਾ ਕੀ ਕਰ ਰਿਹਾ ਸੀ ਤੁਹਾਡੀ ਵਾਈਫ ਨਾਲ, ਕਿਤੇ ਤੁਹਾਡੀ ਵਾਈਫ ਦੀ ਇੱਜ਼ਤ ਨੂੰ ਹੱਥ ਤਾਂ ਨਹੀਂ ਸੀ ਪਾ ਲਿਆ ਉਸਨੇ? ਕੁਛ ਨਹੀਂ ਕਰ ਰਿਹਾ ਸੀ ਉਹ, ਕੁਛ ਨਹੀਂ ਕਰ ਰਿਹਾ ਸੀ ਜੁਨੀ ਜੀ ਨਾਲ। ਤੇ ਜਦੋਂ ਜ਼ੋਰਾਵਰ ਜੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਮੈਨੂੰ ਉਹਦੇ ਕੋਲੋਂ ਛੁਡਾਇਆ, ਤੇ ਜਦੋਂ ਜ਼ੋਰਾਵਰ ਜੀ ਮੇਰੇ ਕੋਲ ਆਏ ਇਹ ਵੇਖਣ ਲਈ ਕਿ ਮੈਂ ਠੀਕ ਤਾਂ ਹਾਂ ਤਾਂ ਮੈਂ ਪਿੱਛੇ ਵੇਖਿਆ ਕਿ ਉਹ ਜ਼ੋਰਾਵਰ ਜੀ ਤੇ ਰੋਡ ਚੁੱਕ ਕੇ ਆ ਰਿਹਾ ਸੀ ਉਹਨਾਂ ਤੇ ਵਾਰ ਕਰਨ ਲਈ, ਤਾਂ ਮੈਂ ਜ਼ੋਰਾਵਰ ਜੀ ਨੂੰ ਆਵਾਜ਼ ਦਿੱਤੀ ਤੇ ਅਸੀਂ ਪਿੱਛੇ ਮੁੜ ਕੇ ਵੇਖਿਆ ਤਾਂ ਅਚਾਨਕ ਉਹਦਾ ਪੈਰ ਉਹ ਘੜੇ ਦੇ ਟੁਕੜੇ ਤੇ ਜਾ ਕੇ ਟਿੱਕਿਆ ਤੇ ਉਹ ਤਿਲਕ ਗਿਆ ਤੇ ਉਹ ਰੋਡ ਉਹਦੇ ਢਿੱਡ 'ਚ ਵੱਜੀ ਤੇ ਉੱਥੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਜ਼ੋਰਾਵਰ ਜੀ ਨੇ ਉਹਦੇ ਢਿੱਡ 'ਚ ਰੋਡ ਮਾਰੀ ਨਹੀਂ ਬਲਕਿ ਕੱਟੀ, ਇਸ ਲਈ ਤੁਸੀਂ ਸਾਰਿਆਂ ਨੇ ਉਹਨਾਂ ਦੇ ਹੱਥ 'ਚ ਰੋਡ ਵੇਖੀ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਆਪਣੇ ਆਪ ਮਰ ਗਿਆ? ਫਿਰ ਇੱਦਾਂ ਦਾ ਕੀ ਹੋਇਆ ਕਿ ਉਹ ਆਪਣੇ ਆਪ ਮਰ ਗਿਆ? ਕੁਝ ਤਾਂ ਕੁਝ ਉਸਨੇ ਜ਼ਰੂਰ ਕੀਤਾ ਹੋਣਾ ਜਿਸ ਨਾਲ ਉਸਦੀ ਤੁਸੀਂ ਜਾਨ ਲੈ ਲਈ। ਮੈਂ ਕਿਹਾ ਨਾ, ਕੁਛ ਨੀ ਬੋਲਣਾ ਮੈਂ।